ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਸ਼ੇਡਸ ਬਾਈ ਦਿਲਜੋਤ ਯੂਟਿਊਬ ਚੈਨਲ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੇਰੇ ਯੂਟਿਊਬ ਚੈਨਲ 'ਤੇ ਔਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਨਵੀਂ ਕਲੈਕਸ਼ਨ ਲੈ ਕੇ ਆਈ ਹਾਂ ਜੋ ਕਿ ਮੈਂ ਅੱਜ ਦੇ ਵਲੋਗ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੀ ਔਰ ਜਿੰਨੇ ਹੋ ਸਕੇ ਮੈਂ ਇਸ ਵਲੋਗ ਦੇ ਵਿੱਚ ਸੂਟ ਸ਼ੇਅਰ ਕਰਾਂਗੀ ਔਰ ਮੇਰੀ ਤੁਹਾਡੇ ਸਾਰਿਆਂ ਦੇ ਅੱਗੇ ਰਿਕੁਐਸਟ ਹੈ ਕਿ ਮੇਰਾ ਜਿਹੜਾ ਵਲੋਗ ਹੈ ਉਹ ਸਕਿੱਪ ਨਾ ਕਰਨਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜੋ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਔਰ ਸਕਿੱਪ ਕਰਨ 'ਤੇ ਉਹ ਸਕਿੱਪ ਹੋ ਜਾਂਦੀਆਂ ਨੇ ਅਤੇ ਬਾਅਦ ਦੇ ਵਿੱਚ ਜਦੋਂ ਤੁਸੀਂ ਸਾਨੂੰ ਕਾਲ ਕਰਦੇ ਹੋ ਕਿ ਲਾਈਕ ਪ੍ਰੋਪਰ ਤਰੀਕੇ ਨਾਲ ਦਿਖਾ ਦਿਓ ਤਾਂ ਵਲੋਗ ਦੇ ਵਿੱਚ ਐਕਚੁਅਲ 'ਚ ਅਸੀਂ ਪ੍ਰੋਪਰ ਤਰੀਕੇ ਨਾਲ ਹੀ ਦਿਖਾਉਂਦੇ ਹਾਂ ਅਤੇ ਤੁਸੀਂ ਸਕਿੱਪ ਨਾ ਕਰਿਆ ਕਰੋ ਤਾਂ ਜੋ ਤੁਸੀਂ ਪ੍ਰੋਪਰ ਮੇਰਾ ਸਾਰਾ ਵਲੋਗ ਹੈ ਜਿਹੜਾ ਦੇਖ ਸਕੋ ਔਰ ਅੱਜ ਦੇ ਵਲੋਗ ਦਾ ਜੋ ਮੈਂ ਪਹਿਲਾ ਸੂਟ ਲੈ ਕੇ ਆਈ ਹਾਂ ਇਹ ਮੈਂ ਪਿਓਰ ਕਰੇਪ ਦੇ ਉੱਪਰ ਲੈ ਕੇ ਆਈ ਹਾਂ ਇਹ ਡਿਜ਼ਾਈਨ ਮੇਰੇ ਖੁਦ ਹੈ ਔਰ ਉਹਨਾਂ ਨੇ ਕਲਰ ਔਰ ਫੈਬਰਿਕ ਹੈ ਜਿਹੜਾ ਚੇਂਜ ਕਰਵਾਇਆ ਜਿਵੇਂ ਕਿ ਮੈਂ ਤੁਹਾਨੂੰ ਹਮੇਸ਼ਾ ਦੱਸਦੀ ਹੁੰਦੀ ਕਿ ਆਪਾਂ ਕਿਸੇ ਵੀ ਸੂਟ ਦਾ ਕਲਰ ਔਰ ਫੈਬਰਿਕ ਹੈ ਜਿਹੜਾ ਚੇਂਜ ਕਰ ਸਕਦੇ ਹਾਂ ਔਰ ਇਹ ਸੈਲਫ ਦੇ ਵਿੱਚ ਹੈ ਪਿਓਰ ਕਰੇਪ 'ਤੇ ਹੈ ਇਹਦੇ ਉੱਪਰ ਸਾਰਾ ਹੈਂਡਵਰਕ ਕੀਤਾ ਹੋਇਆ ਔਰ ਬਹੁਤ ਸੋਹਣਾ ਇਹ ਜਿਹੜਾ ਸੂਟ ਹੈ ਰੈਡੀ ਹੋਇਆ ਇਹ ਉਹਨਾਂ ਦੇ ਬੇਟੇ ਦੀ ਮੈਰਿਜ ਹੈ ਉਹਨਾਂ ਨੇ ਆਪਣੇ ਬੇਟੇ ਦੀ ਹਲਦੀ 'ਤੇ ਇਹ ਸੂਟ ਵੇਅਰ ਕਰਨਾ ਔਰ ਸ਼ਾਇਦ ਆਈ ਥਿੰਕ ਉਹਨਾਂ ਦਾ ਇਹ ਵੀ ਹੈ ਕਿ ਉਹਨਾਂ ਨੇ ਮਹਿੰਦੀ ਦੇ ਉੱਪਰ ਵੀ ਇਹ ਸੂਟ ਹੀ ਵੇਅਰ ਕਰਨਾ ਇਸ ਕਰਕੇ ਇਹਨਾਂ ਨੇ ਜਿਹੜਾ ਮਹਿੰਦੀ ਕਲਰ ਦਾ ਗ੍ਰੀਨ ਕਲਰ ਦਾ ਜਿਹੜਾ ਸਾਡੇ ਤੋਂ ਟੱਚ ਕਰਵਾਇਆ ਲਾਈਕ ਪੇਸਟਿੰਗ ਕਰਵਾਈ ਹੈ ਔਰ ਰੇਸ਼ਮ ਹੈ ਜਿਹੜਾ ਅਸੀਂ ਉਹ ਗ੍ਰੀਨ ਕਲਰ ਦਾ ਯੂਜ਼ ਕੀਤਾ ਹੈ ਔਰ ਤੁਸੀਂ ਦੇਖ ਸਕਦੇ ਹੋ ਬਾਹਾਂ ਦੇ ਉੱਪਰ ਕੰਮ ਹੈ ਔਰ ਸ਼ਰਟ ਦੇ ਉੱਪਰ ਨਿੱਕੀ ਨਿੱਕੀ ਅਸੀਂ ਸਿੱਪੀ ਲਗਾ ਰੱਖੀ ਹੈ ਘੇਰੇ ਦੇ ਉੱਪਰ ਕੰਮ ਹੈ ਉਹਨਾਂ ਨੇ ਸਟਰੇਟ ਇਹ ਸ਼ਰਟ ਰੈਡੀ ਕਰਵਾਇਆ ਔਰ ਨਾਲ ਸਟਰੇਟ ਜਿਹੜੀ ਸਲਵਾਰ ਅਸੀਂ ਬਣਾ ਕੇ ਦਿੱਤੀ ਹੈ ਪੌਂਚੇ ਦੇ ਉੱਪਰ ਕੰਮ ਕੀਤਾ ਗਿਆ ਕੰਮ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਔਰ ਸਲਵਾਰ ਦੇ ਉੱਪਰ ਵੀ ਲਾਈਕ ਅਸੀਂ ਜਿੱਦਾਂ ਸ਼ਰਟ ਦੇ ਉੱਪਰ ਸਿੱਪੀ ਹੈ ਉਸੇ ਤਰੀਕੇ ਨਾਲ ਲਗਾ ਕੇ ਦਿੱਤੀ ਹੈ ਦੁਪੱਟਾ ਪਿਓਰ ਚਿਨੋਨ 'ਤੇ ਆ ਦੁਪੱਟੇ ਦੇ ਫੋਰ ਸਾਈਡ ਅਸੀਂ ਕੰਮ ਕੀਤਾ ਔਰ ਦੁਪੱਟੇ ਦੇ ਉੱਪਰ ਵੀ ਸਾਰੀ ਸਿੱਪੀ ਲੱਗੀ ਹੋਈ ਹੈ ਔਰ ਦੁਪੱਟੇ ਦੇ ਉੱਪਰ ਜਿਹੜਾ ਅਸੀਂ ਪੇਸਟਿੰਗ ਕਰਕੇ ਦਿੱਤੀ ਹੈ ਕੰਮ ਦੀ ਸਫਾਈ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਔਰ ਫੈਬਰਿਕ ਕੁਆਲਿਟੀ ਵੀ ਅਸੀਂ ਵਧੀਆ ਦਿੰਦੇ ਹੁੰਦੇ ਹਾਂ ਅਸੀਂ ਫੈਬਰਿਕ ਤੋਂ ਔਰ ਐਮਬਰਾਇਡਰੀ ਤੋਂ ਕੋਈ ਕੰਪਰੋਮਾਈਜ਼ ਨਹੀਂ ਕਰਦੇ ਹੁੰਦੇ ਔਰ ਬਹੁਤ ਜੈਨੂਇਨ ਪ੍ਰਾਈਸ 'ਤੇ ਆ ਜਿਹੜੇ ਅਸੀਂ ਸੂਟ ਤਿਆਰ ਕਰਕੇ ਦਿੰਦੇ ਹੁੰਦੇ ਹਾਂ ਔਰ ਅੱਜ ਦੇ ਵਲੌਗ ਦਾ ਜੋ ਮੈਂ ਹੁਣ ਸੂਟ ਲੈ ਕੇ ਆਈ ਹਾਂ ਇਹ ਵੀ ਮੈਂ ਪਿਓਰ ਦੇ ਉੱਪਰ ਲੈ ਕੇ ਆਈ ਹਾਂ ਇਹ ਵਾਲਾ ਸੂਟ ਉਹਨਾਂ ਨੇ ਜਾਗੋ 'ਤੇ ਵੇਅਰ ਕਰਨਾ ਔਰ ਬਹੁਤ ਸੋਹਣਾ ਇਹ ਵੀ ਸੂਟ ਬਣਿਆ ਤੁਸੀਂ ਦੇਖ ਹੀ ਸਕਦੇ ਹੋ ਔਰ ਇਹਦੇ ਇਹ ਡਿਜ਼ਾਈਨ ਸਾਡਾ ਆਪਣਾ ਖੁਦ ਦਾ ਪਹਿਲਾਂ ਦਾ ਸੀ ਜੋ ਕਿ ਤੁਸੀਂ ਮੇਰੇ ਤੋਂ ਪਹਿਲਾਂ ਵੀ 3 ਤੋਂ 4 ਵਾਰ ਦੇਖਿਆ ਨਾ ਉਦੋਂ ਮੈਂ ਲੂਜ਼ ਫਿੱਟ ਦੇ ਵਿੱਚ ਤਿਆਰ ਕੀਤਾ ਸੀ ਸਟਰੇਟ ਸਲਵਾਰ ਦੇ ਨਾਲ ਉਹ ਵੀ ਔਨ ਆਰਡਰ ਆਪਾਂ ਰੈਡੀ ਕੀਤੇ ਸੀ ਐਡ ਕੀ ਇਹਦੇ ਨਾਲ ਉਹਨਾਂ ਨੇ ਗਰਾਰਾ ਰੈਡੀ ਕਰਵਾਇਆ ਹੈ ਔਰ ਬਹੁਤ ਪਿਆਰਾ ਇਹ ਸੂਟ ਬਣ ਕੇ ਆਇਆ ਉਹਨਾਂ ਨੇ ਇਹਦੇ ਵਿੱਚ ਜਿੱਦਾਂ ਮਜੰਟਾ ਟੱਚ ਦਵਾਇਆ ਹੈ ਔਰ ਤੁਸੀਂ ਦੇਖ ਸਕਦੇ ਹੋ ਮਜੰਟਾ ਕਲਰ ਦਾ ਰੇਸ਼ਮ ਇਹਦੇ ਵਿੱਚ ਯੂਜ਼ ਕੀਤਾ ਹੋਇਆ ਔਰ ਗੋਲਡਨ ਐਂਡ ਵਾਈਟ ਜਿਹੜਾ ਆਪਾਂ ਮਟੀਰੀਅਲ ਉਹ ਯੂਜ਼ ਕੀਤਾ ਹੋਇਆ ਔਰ ਬਹੁਤ ਪਿਆਰਾ ਇਹ ਸੂਟ ਰੈਡੀ ਹੋਇਆ ਤੁਸੀਂ ਦੇਖ ਸਕਦੇ ਹੋ ਨੈਕ ਦੇ ਉੱਪਰ ਕੰਮ ਹੈ ਔਰ ਲਾਈਕ ਬਹੁਤ ਸੋਹਣੇ ਤਰੀਕੇ ਨਾਲ ਯੋਕ ਤਿਆਰ ਕੀਤਾ ਗਿਆ ਔਰ ਲਾਈਕ ਨੈਕ ਲਾਈਨ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਅਸੀਂ ਰੈਡੀ ਕੀਤੀ ਹੈ ਔਰ ਜਿਹੜੀਆਂ ਇਹਦੀਆਂ ਸਲੀਵਸ ਆ ਬਹੁਤ ਹੈਵੀ ਆ ਜੋ ਮੈਂ ਪਹਿਲਾਂ ਸੂਟ ਤੁਹਾਨੂੰ ਦਿਖਾਇਆ ਸੀ ਉਦੋਂ ਬੈਕ ਸਾਈਡ 'ਤੇ ਵੀ ਅਸੀਂ ਕੰਮ ਕੀਤਾ ਸੀ ਪਰ ਇਸ ਵਾਰ ਉਹਨਾਂ ਨੇ ਬੈਕ ਸਾਈਡ 'ਤੇ ਕੰਮ ਨਹੀਂ ਕਰਵਾਇਆ ਗਾ ਔਰ ਸਲੀਵਸ ਵੀ ਬਹੁਤ ਹੈਵੀ ਰੈਡੀ ਕੀਤੀਆਂ ਸਾਰਾ ਹੈਂਡਵਰਕ ਕੀਤਾ ਹੋਇਆ ਔਰ ਘੇਰਾ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਹੈਵੀ ਹੈ ਜਿਹੜਾ ਅਸੀਂ ਰੈਡੀ ਕੀਤਾ ਹੋਇਆ ਔਰ ਇਹਦੇ ਗਰਾਰੇ ਦੇ ਉੱਪਰ ਅਸੀਂ ਬੂਟੀ ਪਾ ਕੇ ਦਿੱਤੀ ਹੈ ਔਰ ਲਾਈਕ ਬਾਹਾਂ ਮੈਂ ਤੁਹਾਨੂੰ ਦਿਖਾ ਹੀ ਚੁੱਕੀ ਹਾਂ ਔਰ ਦੁਪੱਟਾ ਪਿਓਰ ਚਿਨੋਨ 'ਤੇ ਆ ਦੁਪੱਟੇ ਦੇ ਵਿੱਚ ਅਸੀਂ ਬੂਟੀ ਪਾਈ ਹੈ ਦੁਪੱਟੇ ਦੇ ਫੋਰ ਸਾਈਡ ਉਹਨਾਂ ਨੇ ਕੋਈ ਕੰਮ ਨਹੀਂ ਕਰਵਾਇਆ ਔਰ ਦੁਪੱਟੇ ਦੇ ਵਿੱਚ 2 ਤਰ੍ਹਾਂ ਦੀ ਅਸੀਂ ਬੂਟੀ ਪਾਈ ਹੋਈ ਹੈ ਇੱਕ ਰੇਸ਼ਮ ਦੇ ਨਾਲ ਪਾਈ ਹੋਈ ਹੈ ਤਾਂ ਜੋ ਦੁਪੱਟੇ ਦੇ ਵਿੱਚ ਵੀ ਮਜੰਟਾ ਜਿਹੜਾ ਆਪਣਾ ਕਲਰ ਆ ਸਕੇ ਔਰ ਇਹ ਜਿਹੜੀਆਂ ਲੈਸਿਸ ਵਗੈਰਾ ਲਗਾਈਆਂ ਇਹ ਸਾਰਾ ਔਨ ਆਰਡਰ ਹੀ ਲਗਾਈਆਂ ਕਿਉਂਕਿ ਉਹਨਾਂ ਨੇ ਡਿਮਾਂਡ ਕੀਤੀ ਸੀ ਇਸ ਕਰਕੇ ਅਸੀਂ ਲੈਸਿਸ ਲਗਾ ਕੇ ਦਿੱਤੀਆਂ ਔਰ ਅਗਰ ਤੁਸੀਂ ਇਹਦੇ ਨਾਲ ਨੋਰਮਲ ਪਲੇਨ ਸਲਵਾਰ ਵੀ ਲੈਣਾ ਚਾਹੋ ਤਾਂ ਆਪਾਂ ਪਲੇਨ ਸਲਵਾਰ ਵੀ ਬਣਾ ਸਕਦੇ ਹਾਂ ਮੈਂ ਇੱਕ ਵਾਰ ਫਿਰ ਤੋਂ ਦੱਸ ਦਿੰਦੀ ਹਾਂ ਪਿਓਰ ਕਰੇਪ 'ਤੇ ਆਪਾਂ ਸਾਰਾ ਸੂਟ ਰੈਡੀ ਕੀਤਾ ਔਰ ਜਿਹੜਾ ਦੁਪੱਟਾ ਇਹ ਪਿਓਰ ਚਿਨੋਨ 'ਤੇ ਰੈਡੀ ਕੀਤਾ ਹੋਇਆ ਔਰ ਅੱਜ ਦੇ ਵਲੌਗ ਦੇ ਵਿੱਚ ਅਗਰ ਤੁਹਾਨੂੰ ਕੋਈ ਵੀ ਸੂਟ ਚੰਗਾ ਲੱਗੇ ਤੁਸੀਂ ਉਹਦਾ ਸਕਰੀਨਸ਼ੋਟ ਲੈਂਦੇ ਹੋਏ ਵਟਸਐਪ 'ਤੇ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਵਟਸਐਪ ਨੰਬਰ ਆਲਰੇਡੀ ਮੈਂ ਸਕਰੀਨ ਦੇ ਉੱਪਰ ਜਿਹੜਾ ਸ਼ੇਅਰ ਕੀਤਾ ਹੋਇਆ ਅਤੇ ਜਿਹੜਾ ਮੈਂ ਹੁਣ ਸੂਟ ਲੈ ਕੇ ਆਈ ਹਾਂ ਇਹ ਵੀ ਮੈਂ ਇੱਕ ਲੇਡੀ ਦਾ ਰੈਡੀ ਕੀਤਾ ਜਿਨ੍ਹਾਂ ਦੀ ਕਿ ਬੇਟੇ ਦੀ ਮੈਰਿਜ ਹੈ ਔਰ ਇਹ ਵਾਲਾ ਸੂਟ ਵੀ ਉਹਨਾਂ ਨੇ ਆਪਣੇ ਬੇਟੇ ਦੀ ਮੈਰਿਜ ਦੀ ਜਾਗੋ 'ਤੇ ਵੇਅਰ ਕਰਨਾ ਔਰ ਇਹ ਅਸੀਂ ਨੈਚੁਰਲ ਕਰੇਪ 'ਤੇ ਤਿਆਰ ਕੀਤਾ ਜਿੱਦਾਂ ਕਿ ਮੈਂ ਜੋ ਤੁਹਾਨੂੰ ਪਹਿਲਾਂ ਦਿਖਾਇਆ ਸੀ ਉਹ ਗਰਾਰਾ ਸੀ ਹੁਣ ਅਸੀਂ ਸ਼ਰਾਰਾ ਰੈਡੀ ਕੀਤਾ ਸ਼ਰਾਰੇ ਦੇ ਉੱਪਰ ਅਸੀਂ ਬੂਟੀ ਪਾਈ ਹੋਈ ਹੈ ਔਰ ਔਨ ਆਰਡਰ ਹੀ ਇਹ ਅਸੀਂ ਰੈਡੀ ਕੀਤਾ ਡਿਜ਼ਾਈਨ ਸਾਡਾ ਖੁਦ ਦਾ ਸੀਗਾ ਔਰ ਡਿਜ਼ਾਈਨ ਦੇ ਵਿੱਚ ਉਹਨਾਂ ਨੇ ਨਵਾਂ ਡਿਜ਼ਾਈਨ ਤਿਆਰ ਕਰਵਾਇਆ ਔਰ ਇਹ ਨੈਚੁਰਲ ਕਰੇਪ 'ਤੇ ਆ ਔਰ ਸਾਰਾ ਹੈਂਡਵਰਕ ਕੀਤਾ ਹੋਇਆ ਨੈਕ ਲਾਈਨ ਆਪਾਂ ਰੈਡੀ ਕੀਤੀ ਹੋਈ ਹੈ ਪਲੱਸ ਬੂਟੀ ਪਾਈ ਹੋਈ ਹੈ ਔਰ ਘੇਰੇ ਦੇ ਉੱਪਰ ਸਾਰਾ ਹੈਂਡਵਰਕ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਘੇਰਾ ਕਿੰਨਾ ਹੈਵੀ ਰੈਡੀ ਕੀਤਾ ਹੋਇਆ ਔਰ ਸਲੀਵਸ ਦੇ ਉੱਪਰ ਵੀ ਬੂਟੀ ਪਾਉਂਦੇ ਹੋਏ ਜਿਹੜਾ ਸਲੀਵਸ ਦੇ ਉੱਪਰ ਲਾਈਕ
इस तरीके दे नाल मुरी दे उपर कम कीता है। और जिहड़ा फिर मैं दुपट्टा रेडी किया वह असी प्योर ऑर्गेंजा से रेडी किया है। ये वाली लाइनस तुसीं देख रहे हो, यह असी तीन लाइनस है जिहड़ियां दुपट्टे दे विच पाईआं है। और बहुत सोहना दुपट्टा रेडी होया। मैं फिर भी एक बार तुहानूं दुपट्टा इसका जिहड़ा दिखा दिंदी हाँ। दुपट्टा असी प्योर ऑर्गेंजा से रेडी किया, दुपट्टे दे विच इदां असी तीन लाइनस बनाईआं। बाकी उन्होंने सानूं इदां लाइक समोसा लैस लगाने को कही थी तो असं समोसा लैस लगा के दी है। और इस लैस के बहुत सारे नाम है, हर लैस का अपना अपना नाम है, कोई किस तरीके लैंदा कोई किस तरीके। और तुसी देख सकते हो नैकलाइन में असी बहुत सोहनी रेडी की है। और घेरा जिहड़ा मैं तुहानूं एक बार क्लोज तो दिखा दिनी हाँ, तो घेरा रेडी किया। घेरे के उपर सिप्पी का पर्ल्स का और सारा मिक्स काम किया, थोड़ा थोड़ा असी दबके का टच भी दिता हुआ। और बहुत सोहना यह कटदाने का भी इन उपर असी काम किया, बहुत प्यारा जिहड़ा ये सूट रेडी होया। इनू आप किसी भी कलर से रेडी कर सकते हैं। अगर तुम इन स्ट्रेट सलवार बना चाहते हो तो आप इन स्ट्रेट सलवार भी बना सकते हैं। असी कुर्ता रेडी किया, लाइक उन्होंने जिदा कॉलर के उपर हैंडवर्क चाहिए सी तो असी अपने तरीके तैयार करके दिता। वो कह रहे थे कि तुम अपने ही तरीके जो कॉलर है वो रेडी कर दो। और प्लस उन्होंने कफ के उपर काम कराया सीगा और बहुत सोहने लाइक यह डिजाइन बन के आया। और इन उन्होंने पजामा रेडी कराया और प्लस एक पठानी सलवार रेडी कराई है। और यह असी साटन सिल्क के उपर रेडी किया। और जो दुपट्टा वह प्योर चिनोन के दुपट्टा उन्होंने प्लेन रेडी कराया। यह सूट दिखाने का मेरा यही लॉजिक है कि आप कुर्ते जे जेंट्स कुर्ता भी बनाना है तो आप उन्होंने कॉलर के उपर भी है जो काम कर सकते हैं, लाइक पॉकेट के उपर करना है ज कि होर कुर्ते के उपर डिजाइन करना है तो ऑब्वियस है आप डिजाइन भी है जो कर सकते हैं। और जोड़ा मैं हूँ सूट लैके आई हाँ यह असी ऑर्गेंजा फैब्रिक से लैके आए हैं। इन उपर भी सारा हैंडवर्क किया हुआ और बहुत ही डिफरेंट पैटर्न के मैं यही चीज़ लैके आई हाँ। पैनल बने हुए हैं और बीच असी बॉक्स बनाते हुए कटदाने के बीच असी जो हैंडवर्क किया हुआ सिप्पी के नाल और पल्स के नाल इन असी बहुत कलरफुल थ्रैड यूज़ किए हुए हैं लाइट बेस रखते हुए, जिन्हें करके सूट पर बहुत ग्रेस आ रही है। और इनकी जी बॉटम है वह असी क्रेप से रेडी की है। बॉटम के उपर भी कम है, तुम देख सकते हो भी पहुंचे तो इस तरीके के नाल है जो अपना कम आएगा। और स्लीव्स के उपर भी कम है, जो भी मैं कोई सूट शेयर करती हाँ तो स्लीव्स से हमेशा कम होंगे। स्लीव्स के उपर लाइक असी इन्ना को बूटा बनाया और नीचे कटदाने की है जो मूरी के उपर लाइक फिनिशिंग की है। और इनका दुपट्टा मैं इसलिए शो नहीं कर पा रही क्योंकि दुपट्टे की फिनिशिंग हो रही है और बहुत एमरजेंसी है इस सूट के लिए और इसी पार्सल करना सीगा, इस करके मैं तुम्हें लाइक ये डिजाइन दिखाने के लिए क्योंकि साडा नवा डिजाइन से डिजाइन दिखाने के लिए मैं ये सूट है जो डमी के उपर कैरी किया। और मैं तुम्हें दस दिनी हाँ दुपट्टा जोड़ा वह भी ऑर्गेंजा के उपर है। दुपट्टे के उपर इदा जिदा शर्ट के उपर यह वेल्स जा रही ने, इस तरीके लंबी वेल्स जीडिया दो आने दुपट्टे जा। और प्लस उन्होंने दुपट्टे के उपर जी पेस्टिंग करने के लिए कही थी तो असं इस कलर की मजेंटा कलर के उपर पेस्टिंग कर रहे हैं। जिमें कि मैं तुम्हें पहला भी दसिया कि अज के ब्लॉग के अगर तुम्हें कोई भी सूट चंगा लगे तो उन्हें स्क्रीनशॉट लेंदे हुए वट्सअप या इंस्टाग्राम से मेरे न शेयर करते हुए उस सूट दी जिहड़ी डिटेल्स है पता कर सकते हो। वट्सअप नंबर और इंस्टाग्राम आई डी मैं ऑलरेडी जी स्क्रीन के उपर शेयर की हुई।